ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੈਂ ਭੈਣਾਂ ਭਰਾਵਾਂ ਕੇ ਸਾਰਿਆਂ ਤੱਕਰੇ ਸੁਣਿਆ ਲੈ ਕੇ ਮੈਂ ਤੁਹਾਨੂੰ ਸਲਾਮ ਦੁਆ ਅੱਲਾਹ ਤਾਲਾ ਸਾਰੇ ਖੈਰੀ ਵੇਰ ਰੱਖਿਆ ਜਿੱਥੇ ਤੇ ਅੱਲਾਹ ਤਾਲਾ ਠੀਕ ਠਾਕ ਰੱਖਿਆ ਠੀਕ ਹੋ ਸਾਰੇ ਅਤੇ ਮੈਂ ਵੀ ਠੀਕ ਹਾਂ ਸਾਰੇ ਠੀਕ ਹਾਂ ਸਾਂ ਪ੍ਰਚਾਰ ਰਹੇ ਨਾ ਠੀਕ ਰਹੀ ਤਾਂ ਕੋਈ ਵੀਡੀਓ ਅੱਜ ਨਾਲ ਲਈ ਹੈ ਬਣਾਉਣੀ ਕੋਈ ਨਹੀਂ ਗਈ ਤਾਂ ਨਾ ਉੱਠੂ ਆ ਸਿਹਤ ਠੀਕ ਤਾਂ ਸਾਰੀ ਉਪਜਾਣਾ ਮਸਲਾ ਬਣਦਾ ਭਾਰਤ ਦਾ ਇਸ ਗੱਡ ਨੇ ਸੀ ਕਾਹ ਸਾ ਵਧਿਆ ਵਾ ਤਾਂ ਥੋੜ੍ਹਾ ਜਿਹਾ ਕੱਪਿਆ 'ਚ ਕੀ ਰਹਿਣਾ ਸਾਹਿਬ ਤਾਂ ਆਈਏ ਕੰਮੇ ਪੁੱਤਰ ਚਾਹ ਰੋਹ ਹੈ ਰਿਹਾ ਤਾਂ ਕੱਪੜੇ ਕੋਈ ਨਹੀਂ ਆਪਣੇ ਆਪ ਮਸ਼ੀਨ ਲਾਈ ਕੱਪੜ ਵੀ ਮਿਗੀ ਇਹ ਜਾ ਆਈ ਫਿਰ ਭਾਅ ਨਾ ਅਸੀਂ ਤਲਕਾ ਹੈ ਚੱਲੋ ਤਾਂ ਬੜੀ ਬੁਖਾਰ ਆਉਣੀ ਪਿਆ ਤਾਂ ਚਾਹ ਦਾ ਮੈਂ ਉੱਠਣੇ ਕੋਈ ਜਵਾਬ ਤਾਂ ਕੋਈ ਨਹੀਂ ਫਿਰ ਜਨਾਨਾ ਦਾ ਵੀਡੀਓ ਹੀ ਲਾਉਣ ਹੋਈ ਤਾਂ ਅੱਜ ਇਕੱਲੇ ਲਈ ਥੋੜ੍ਹਾ ਜਿਹਾ ਰਾਮ ਆ ਕੱਲ੍ਹ ਅੱਜ ਕੱਲ੍ਹ ਲਾਸਾਂ ਵੀਡੀਓ ਦਾ ਫਿਰ ਉਹਨਾਂ ਕੰਮਾਂ ਲਈ ਪਈ ਕੋਈ ਲਈ ਕੱਲ੍ਹ ਵੀ ਤਾਂ ਅੱਜ ਮੈਂ ਥੋੜ੍ਹੀ ਸ਼ੁਰੂ ਕਰਸਾਂ ਉਹਨਾਂ ਦਾ ਕੁੱਕੀ ਸ਼ੁੱਕੀ ਕਰਸਾਂ ਲਾ ਲਓ ਇਸੇ ਸ਼ੇਅਰ ਕਰੀ ਕਿਸਮ ਦੇ ਆਜ਼ਰੀ ਥੋੜ੍ਹੀ ਜਿਹੀ ਅਸੀਂ ਭੈਣਾਂ ਭਰਾਵਾਂ ਦਾ ਹੁਣ ਕੱਪੜੇ ਖਿਲੇ ਰਹੇ ਸੀ ਬਾਅਦ ਮੈਂ ਉਹ ਪਿਓ ਲਈ ਗਿਆ ਜੇ ਫਿਰ ਯਾਦ ਹੀ ਰਹੀ ਲਿਆ ਪੀ ਜਰਾ ਨਾ ਫਿਰ ਦਿਸਣਾ ਕਿ ਬਾਅਦ ਵੀ ਯਾਦ ਹੀ ਰਹੀ ਮੈਂ ਲਈ ਗਿਆ ਜਿਹੜਾ ਉਹਨੂੰ ਤਾਂ ਗਾਡੇ ਸੀ ਗਲਤੀ ਗਾਡੇ ਬੋਲੀ ਸੀ ਤਾਂ ਹੁਣ ਸਹੀ ਠੀਕ ਨਹੀਂ ਸੀ ਮੈਂ ਸੌਦਾ ਆਉਣਾ ਪੈਣਾ ਫਿਰ ਚਾਲੂ ਹੋਵੇ ਟਾਈਮ ਨੀ ਲੱਗਣਾ ਜਿਹੜਾ ਕਿ ਕੱਲ ਸੀ ਵੇਅਰ ਹਾਊਸ ਲੈ ਕੇ ਆ ਰਹੇ
ਨਹੀਂ ਕਿ ਸਾਡਾ ਘਰ ਕੋਲ ਜਾਣ ਨੂੰ ਬਣਾਉਣੀ ਨਾ ਉਹ ਤਾਂ ਉਹ ਵੀ ਉਹ ਇਸ ਕੋਲ ਬੈਲਾ ਤਿਆਰ ਕੀਤਾ ਜੇ ਬੂਬੇ ਲਾਉ ਵੀ ਇੱਧਰ ਨਾਲ ਜੇ ਲਾਉਣਾ ਜੋਗਾ ਤਾਂ ਉਹ ਬੂਬੇ ਲਾ ਤਿਆਰ ਕੀਤਾ ਜੇ ਉਹ ਵੀ ਫਾਰੂਕ ਰੱਖਿਆ ਗੱਡੀ ਕਠਾ ਕੀਤਾ ਸਾਰਾ ਲੇਟ ਹੋ ਗਿਆ ਬਹੁਤ ਇਤਨੀ ਸੋਹਣੀ ਹਵਾ ਲੱਗਣੀ ਠੰਡੀ ਠਾਰ ਤਾਂ ਇਹਨਾਂ ਬਾਹਰ ਵੀ ਟੂਨੇ ਦੀ ਅੰਦਰ ਨਾ ਜਾ ਬਹੁਤ ਸੋਹਣੀ ਹਵਾ ਲੱਗਣੀ ਲੈ ਕਿਆ ਨਜ਼ਾਰਾ ਦਿਸਣਾ ਕਿ ਜਿਹਨੇ ਕੈਮਰੇ ਚ ਹੋਰ ਖਰਾਬ ਨਾ ਦਿਖੇ ਤਾਂ ਚੌਥਾ ਚੌਥਾ ਹੈ ਤੇਰਾ ਪਾਉਣਾ ਡੱਬਾ ਜੀ ਦਾਲ ਮਿਕਸ ਬਣਤੀ ਇਤਨੀ ਸੋਹਣੀ ਚਾਲੂ ਵਾਲੇ ਥੇ ਉਹਨੇ ਬਹਿ ਖਾ ਪਾਲਕ ਸਬਜ਼ੀ ਭਿੰਡੀਆਂ ਵੀ ਪਾਲੋ ਵੀ ਕਹਿੰਦਾ ਹਾਂ ਪਾਲੋ ਭਿੰਡੀਆਂ ਕਰੇਲੇ
ਨਾ ਗੋਸ਼ ਖਾ ਲਈ ਅੰਜੀ ਦੀ ਚੀਜ਼ਾਂ ਦੇ ਸਾਲ ਲਓ ਜਿੱਦਾਂ ਵਾ ਕੁਛ ਜਾਈ ਬੈਠੇ ਹਾਂ ਉਹ ਚੀਜ਼ਾਂ ਨਾ ਖੜੇ ਪਈ ਲੋਕੀ ਖੜਾ ਪੰਜਾਬ ਦਾ ਸਭਿਆ ਕਿ ਜਦੋਂ ਖਾਲੀ ਅੰਜੀ ਚੀਜ਼ਾਂ ਇਸਤੇਮਾਲ ਹੋ ਜਾਣਗੀਆਂ ਮਾਸ਼ਾ ਅੱਲਾਹ ਬੈਠ ਨਾ ਪੀਜ਼ਾ ਨਹੀਂ ਕੰਮ ਥੋੜਾ ਥੋੜਾ ਬਹੀ ਨਾ ਉੱਥੇ ਫਰੀਜ਼ ਕਰੀ ਦੱਸੋ ਰੱਖੀ ਰੋ ਜੇ ਗਰਮੀਆਂ ਖਾਲੇ ਕਰਦੇ ਕਰਦੇ ਦੋ ਕਿਲੋ ਬੋਨਲੈਸ ਗੋਸ਼ਤ ਕੀਮਾ ਝੂਲੇ ਤੋਤੇ ਆ ਪਾਲੂ ਖਾਂਦੀ ਵੀ ਪਾਲੂ ਖਰਾਬ ਹੋ ਜਾ ਸੀ ਪਾਲੂ ਤਾਂ ਚੀਕੂ ਬਣਾਸਾਂ ਮੈਂ ਇਹ ਫਿਰ ਸੁਣਾ ਅੰਡੀ ਨਹੀਂ ਨਾ ਚੀਕੂ ਦਾ ਪਾਲੂ ਨਹੀਂ ਨਾ ਤਾਂ ਫਿਰ ਨਾਲ ਰੱਖ ਲੈਂਦੇ ਕੱਟੀ ਨਾ ਇਹ ਫਰੀਜ਼ ਕਰੀ ਸਾਨੂੰ ਸੁੱਕੇ ਧੋਈ ਰੱਖੇ ਸੀ ਨਾ ਡਰਾਈ ਹੋਈਏ ਇਹਨਾਂ ਕੀ ਫਿਰ ਨਾਲ ਕਰਦੇ ਕਸੋਂ ਫਰੀਜ਼ ਪਾਕਾ ਚਕਾ ਭੁੱਜੀ ਗਿਆ ਇਸੀ ਬਸ ਚੀਕੂ ਦਾ ਚੀਕੂ ਮੱਠਾ ਛੇ ਸੌ ਹੋ ਗਿਆ ਚੀਕੂ ਲੈ ਲਿਆ ਵਾਲੇਕੁਮ ਸਲਾਮ ਆਈ ਗਿਆ ਚੀਕੂ ਦਾ ਪਾਲੂ ਚਿਕਨ ਸਾਫ ਕਰਕੇ ਰੱਖਿਆ ਵਾ ਪਾਲੂ ਤਾਂ ਧੋਈ ਤਾਂ ਸਾਫ ਕੇ ਕੱਪੜੀ ਰੱਖੀ ਅਤੇ ਇਹ ਸਭ ਇੱਕ ਤਿਆਰ ਹੋਈ ਗਿਆ ਨਾ ਰਹੀ ਗਏ ਕਰਲੇ ਇਹ ਬਸ ਨਾ ਬਣਾਸਾਂ ਆਉਂਦੀ ਨਾ ਕਰਲੇ ਕੱਟਸਾਂ ਨਾਲ ਆਉਂਦੀਆਂ ਖੂਮਾਂ ਇਹ ਅਜਿਹਾ ਸਹੀ ਜੇਠੀ ਮੱਕਾਂ ਨਹੀਂ ਹੈਗੀਆਂ ਤਰੀਆਂ ਸਾਰੀਆਂ ਲੂਡੋ ਦੀ ਗੱਲ ਆਉਂਦੀਆਂ ਸੀ ਕਹਿੰਦਾ 150 ਦੀਆਂ ਦੋ ਆਉਂਦੀਆਂ ਦੋ ਜਾਂ ਤੀਆਂ ਬੂਸ ਮੈਂ ਕਹਿੰਦਾ ਪੁੰਨੇ ਨੇ ਡਰਿਲਾਈ ਪੁੰਨੀ ਨਾ ਸਹੀ ਪੂਜਾ ਅੱਗੇ ਭੁੰਨੋ ਸਾਥੀ ਨਾ ਹੋਈਆਂ ਸ਼ਾਮੀ ਕਮਲਾਉਣ ਗਿਆ ਹੈ ਮੈਂ ਜਿੱਦਾਂ ਕੱਲ੍ਹ ਸੀਮੀ ਗ੍ਰਿਲ ਬਲਦੀ ਗਿਰੇ ਇਹ ਬਾਹਰੋਂ ਉਹ ਬਾਬੀ ਕਿਉਂ ਬਲਦੀ ਮੈਂ ਉਸੀ ਭੁੰਨੀ ਗਈ ਨਾ ਫਿਰ ਆਹ ਸਭ ਬਲਦੇ ਸਕਦੇ ਉਹ ਆਇਆ ਹੋਣਾ 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 ਆ ਉਸ ਕੀ ਤੱਕ ਮੈਨੂੰ ਯਾਦ ਆਈ ਗਿਆ ਜੇ ਆਸ ਕੇ ਉਸ ਬਾਲੀ ਦੀ ਬਾਤ ਪੰਸਾ ਘੁੰਮਾ ਹੁਣ ਆਸਾ ਜੇ ਆਇਆ ਲੱਗ ਗਿਆ ਨਾ ਸ਼ਾਮੀ ਅਜਿਹਾ ਹੋਣਾ ਅੰਦਰ ਬਲਿਆ ਨਾ ਆਸਾ ਬਾਹਰ ਬਲਦੇ ਸੀ ਘੁੰਮਾ ਦੋ ਭੁੰਨੀ ਗਈ ਸਾ ਅੱਗੇ ਵੀ ਪੁੱਜ ਗਿਆ ਜੀ ਕਹਿੰਦਾ ਮੈਂ ਸੋਈ ਗਿਆ ਸਾ ਇਹ ਭੁੰਨੋ ਮਜ਼ੇ ਨਹੀਂ ਹੋਣੀ ਨਾ
ਡਾਇਨਾਸੋਰ ਇਹਨਾਂ ਨਾਲ ਕਿੱਥੇ ਕਿੱਥੇ ਬਣ ਗਈਆਂ। ਪਸ਼ੂਆਂ ਇਹਨਾਂ ਦੱਸਿਆ ਖੂਹਾਂ ਮੱਕਾ ਤੱਕ ਭੱਜ ਗਈਆਂ ਅਤੇ ਮਾੜਾ ਬੁ ਨੁਕਸਾਨ ਲਾ ਦੇਣਾ। ਮੈਂ ਮੱਕ ਰਹੀ ਸੀ ਨਾ ਉਸ ਤਰ੍ਹਾਂ ਇਹ ਜਿਹਦੀ ਬਣੀ ਗਈ ਸੀ ਤਾਂ ਉਹ ਗੋਰਾ ਉਸ ਆਇਆ ਤੁਸੀਂ ਬਾਈ ਦੱਸਿਆ ਵੀ ਕਹਿੰਦਾ ਵਿੱਚ ਦੱਸਿਆ ਬੂਟੇ ਹੋਏ ਸੀ ਦੋ ਬੂਟੇ ਖਰਮਾਣੀਆਂ ਦੱਸਿਆ ਅੰਜੀਰਾਂ ਵਾਲਾ ਬੂਟਾ ਅੰਜੀਰਾਂ ਵਾਲਾ ਸਾਨੂੰ ਸਮਾਧ ਦੱਸਿਆ ਸਾਰਾ ਖਰਮਾਣੀਆਂ ਦੇ ਬੂਟੇ 'ਚ ਦੋ ਅੱਗ ਜੰਮੇ ਹੋਏ ਬਲੈਕ ਬਰਨ ਬੂਟਾ ਤਾਂ ਉਹ ਮੈਂ ਕਿਹਾ ਦੱਸਿਆ ਸੀ ਮੈਂ ਇੰਨਾ ਕਿ ਇੰਨਾ ਕੇਅਰ ਕਰਿਆ ਤਾਂ ਇਹ ਮੱਕਾ ਨੇ ਬੂਟੇ ਇਹ ਇਹਦੇ ਮੈਂ ਕੇਅਰ ਕਰਿਆ ਇਹਨਾਂ ਇਹਦਾ ਕੱਪੀ ਕੱਪੀ ਛੱਡਿਆ ਅੱਜ ਉਹਨੂੰ ਭਾਗੇ ਜਿਹੜੀ ਮਸ਼ੀਨ ਸੀ ਨਾਲ ਥਿਆ ਗਲਤੀ ਉਸਨੇ ਵੀ ਨਹੀਂ ਉਸ ਮਾਇਆ ਭਾਗਾ ਜਿਹਾ ਵਿੱਚ ਮੱਕਾ ਨੇ ਬੂਟੇ ਸਾਰੇ ਗਏ ਉਹ ਬਸ ਦਬੋਲ ਜੋ ਕਰਨ ਲੈ ਲਈ ਸੀ ਜੋ ਸੋਹਣੀ ਸੀ ਉਹ ਗਏ ਆਏ ਫਿਰ ਸਭ ਤੋਂ ਸੌ ਸੌ ਥੱਲੇ ਆ ਗਿਆ ਆਪਣਾ ਪਾਣੀ ਛੋੜੀ ਸੀ ਤਾਂ ਪਾਣੀ ਸੁੱਕ ਗਿਆ ਨਾ ਫਿਰ ਅਸੀਂ ਪਾ ਲੂ ਬਈ ਉਸੋਂ ਸਾਨੂੰ ਜੇ ਬਈ ਕਰਨੀ ਗ੍ਰੇਵੀ ਜ਼ਰੂਰ ਰਹਿੰਦੇ ਆ ਸੋ ਪਲ ਕਰ ਦੇਣਾ ਚਿਕਨ ਥੋੜ੍ਹਾ ਵੈ ਪਾਲੂ ਜ਼ਿਆਦਾ ਵੈ ਨਾ ਉਸ ਸਾਰੀਆਂ ਲਈ ਚੰਗੀ ਲੱਗਣੀ ਮਿਲੀ ਉਹ ਪਾਲੂ ਦੋ ਕੱਢੀਆਂ ਕੁੱਤੀ ਜੇ ਜ਼ਿਆਦਾ ਬਈ ਕਰਨੀ ਤਾਂ ਫਿਰ ਅਸੀਂ ਖਾਣੀ ਲਾਉਣੀ ਇਸੀ ਦਾ ਜਰਾ ਫਿਰ ਅਸੀਂ ਜਿਸਨੂੰ ਲਗੀ ਪੁੱਛਾਂ ਜੀ ਪਾਲੂ ਕਿਉਂ ਪੁੱਛੀ ਤੂੰ ਇਸ ਕੀ ਮਿਕਸ ਕਰੀ ਜਾਣਾ ਤਾਂ ਇਸ ਕੀ ਰਹਿੰਦੇ ਸਾਨੂੰ ਤਾਂ ਜਿਲ੍ਹਾ ਪਾਣੀ ਆਪਾਂ ਛੋੜ ਸੀ ਨਾ ਪਾਣੀ ਫਿਰ ਸੁੱਕੀ ਰਹੇ ਸੀ ਇਸਕੀ ਤਾਂ ਕੱਚੀ ਰੱਖੀ ਹੋਈ ਇੰਨਾ ਕਿਉਂ ਕਰ ਸਕਦਾ ਫਰੀਸ ਜਿੱਦਾਂ ਪਾਲੂ ਵੀ ਨਾ ਲੱਗੀ ਭਿੰਡੀਆਂ ਵੀ ਨਹੀਂ ਆਉਂਦੀਆਂ ਤਾਂ ਸਬਜ਼ੀ ਹੁੰਦੇ ਲੱਸੀ ਉਸ ਆ ਕੱਟੀ ਤਾਂ ਬਣਾ ਸਕਦੇ ਲਈ ਇਹ ਤਾਂ ਕਹਿੰਦੇ ਜਾਂ ਮਾੜੀ ਖੁਮਾ ਨੁਕਸਾਨ ਵਾ ਇਹ ਛੋਟੇ ਬੂਟੇ ਨਾਲ ਇੱਥੋਂ ਜੇ ਬੱਚੇ ਦੋ ਬੂਟੇ ਬੱਚੇ ਤਾਂ ਉਹ ਜਿਹੜੇ ਨਾ ਉੱਥੋਂ ਉੱਥੇ ਅੜਕੇ ਸੀ ਤਾਂ ਬੁੜੀ ਮੈਂ ਖਿਲਾਈ ਸੀ ਹਾਈ ਸੁੱਕਣਾ ਮੈਂ ਲੱਗੀ ਜਾਣਾ ਉੱਥੇ ਪਾਣੀ ਖਾਣੀ ਬੱਸ ਆਉਂਦਾ ਤਾਂ ਲੱਗੀ ਜਾਣਾ ਉਹ ਕੋਈ ਨਹੀਂ ਉੱਥੇ ਢਹੀ ਪਏ ਸੱਕੀ 'ਚ ਬੜੇ ਪੈਸੇ ਜੇ ਪਟਲੋ ਚਾਹੀਦੇ ਬਰ ਦਿੰਦੇ ਸੱਤੀ ਛੇੜੇ ਇੱਧਰ ਲਾਂਚ ਜਾ ਕੇ ਇਹੀ ਜਾਣਾ ਸਿਆਲ ਮਿੱਕੀ ਸ਼ੌਕ ਹੀ ਬਣੀ ਹੈ ਖਾਲੀ ਮੁਸ਼ਕਿਲ ਹੈ ਜੇ ਮਾੜੇ ਕੋਲ ਗਾਰਡਨਿੰਗ ਹੈ ਮਿੱਕੀ ਅਲਰਜੀ ਇਤਨੀ ਹੈ ਜਿਸ ਤਰ੍ਹਾਂ ਕੋਈ ਹਿਸਾਬ ਅਜਾ ਇਹ ਨੀਲਿਆ ਪਤਲਾ ਖਤਰਾ ਹੱਥ ਮਾਰਸਾ ਨਾ ਤਾਂ ਨਿੱਛਾ ਮਾੜੇ ਉਹ ਸਪਲਾਈ ਕਿੰਨੀ ਉਹਦਾ ਉਹ ਖਾਲੀ ਕਾਹ ਕੱਪਿਆ ਥੋੜ੍ਹਾ ਜਾਂਦੇ ਜੇ ਗਾਰਡਨ 'ਚੋਂ ਤਾਂ ਹਫ਼ਤਾ ਪੂਰਾ ਮਾੜੀ ਸਿਹਤ ਨਹੀਂ ਠੀਕ ਰਹੀ ਅਜਾ ਇਹ ਸੇਜੀ ਸੀਖਣਾ ਅਤੇ ਇਸ ਮਾੜੇ ਰਹੀ ਜਿਹੜਾ ਸ਼ੌਕ ਵੀ ਥਾ ਜੀ ਬੂਟੀ ਬੂਟੇ ਲਾਉਂਦਾ ਬਾਕੀ ਉਹ ਨਿਸਨਿਆ ਰਹੇ ਸੀ ਬੂਟੇ ਉੱਪਰੋਂ ਦਬੋਲ ਜਿਹਾ ਕੱਢਿਆ ਰਹੇ ਸੀ ਇੱਕੋ ਹੋਰ ਨਵੀਂ ਚੀਜ਼ ਸ਼ੇਅਰ ਕਰ ਲਈ ਸਾਨੂੰ ਇਹ ਤੱਕ ਜਿਹਨਾਂ ਜਿਹਨਾਂ ਦਾ ਭਾਗ ਹੀ ਆ ਉਹ ਨਹੀਂ ਪਤਾ ਲੱਗਦਾ ਸੀ ਜੇ ਕੇ ਆ ਇਹ ਮਾੜੀ ਗਾਰਡਨ ਦੀ ਸਬਜ਼ੀ ਹੈ ਇਹ ਪੰਨੀਆਂ ਟਾਲੀਆਂ ਉੱਥੇ ਹਾਲਾ ਇਹ ਕਚਮਾ ਸੀ ਤੇ ਕਚਮਾ ਚਾਹ ਕੀ ਇਹ ਬੀਂ ਪਿਆ ਵਾ ਅੱਗੇ ਫਿਰ ਤੁਹਾਨੂੰ ਬੀਂ ਬੂਟੇ ਨਾ ਆਉਣਾ ਤਾਂ ਫਿਰ ਜੰਮੀ ਸੀ ਨਾ ਮੁਲਕ ਹਨਾ ਕਿਤਨੇ ਸੋਹਣਾ ਲੱਗਣਾ ਫਲੋ ਅਸੀਂ ਮੌਸਮ ਜਾਣਾ ਧੁੱਪ ਹੀ ਚੰਨੀ ਦੀ ਹੈ ਤਾਂ ਇਹ ਚਾਲੀ ਪੈਣਾ ਦਿਆ ਪਰ ਮੌਸਮ ਠੰਡਾ ਠੰਡਾ ਆ ਗਰਮੀ ਸ਼ਰਮੀ ਵਾਲਾ ਕੋਈ ਜ਼ੋਰ ਨਹੀਂ ਸਾ ਤਰ੍ਹਾਂ ਕਿ ਜੋ ਠੰਡਾ ਠੰਡਾ ਮੌਸਮ ਆ ਜੋ ਚੱਲੀ ਚਲਾ ਗਈ ਗਈਆਂ ਮੈਂ ਬਾਹਰ ਅੰਡੀਆਂ ਬਣਾ ਲਈ ਗਲਤੀ ਤੇ ਲੱਤਾਂ ਦੀ ਦਰਦ ਜਿੱਦਾਂ ਖਰੀ ਖਰੀ ਹੋਣਾ ਆਟਾ ਗੁੰਨੀ 'ਚ ਕਿਹਾ ਤਾਂ ਥੋੜ੍ਹਾ ਆਟਾ ਮਲਾਈ ਨਾ ਰੱਖੀ ਗਿਆ ਮੈਂ ਜਰਾ ਰਹਿੰਦੀ ਸਾਹ ਕਿ ਨੇ ਤਾਂ ਫਿਰ ਅੱਛੀ ਨਾ ਤਾਂ ਥੋੜ੍ਹਾ ਜਿਹਾ ਦੋਰੀ ਮੁੱਕੀ ਲਈ ਤਾਂ ਰੱਖ ਸਕ ਫਰੀ ਜੇ 'ਚ ਇਹ ਤਾਂ ਸੋਹਣਾ ਲੱਗਣਾ ਨਾ ਇਸ ਮੌਸਮ ਇਹ ਟਾਈਮ ਹੋਣਾ ਬਾਹਰ ਬੈਠਣਾ ਕੋਈ ਇੰਤਜ਼ਾਰ ਹੋਣਾ ਗਰਮੀਆਂ ਦਾ ਬਾਹਰ ਵੇਸਾਂ ਕੋਲ ਤਾਂ ਬੈਠਣਾ ਕੋਈ ਟਾਈਮ ਨਹੀਂ ਹੋਣਾ ਗਰਮੀਆਂ ਮੁੜ ਜਾਣੀਆਂ ਠੀਕ ਆ ਬਸ ਅਸਾਂ ਫਿਰ ਅਫਸੋਸ ਸੀ ਉੱਥੇ ਨਾ ਉੱਥੇ
ਬਾਹਰ ਰੋਟੀ ਖਾਣਿਆ ਦੇ ਬਾਹਰ ਸੇਣਿਆ ਦੇ ਗਈਆਂ ਬਾਹਰ ਉਹ ਸ਼ੇਅਰ ਕਰਨ ਪਾ ਲਓ ਟੇਸਟ ਕੇ ਦੱਸੋ ਕਿਹੜੀ ਬਣਤੀ ਹੈ ਉਹ ਗਿਆ ਮਾੜੀ ਭੈਣ ਉਹ ਫੋਨ ਕੀਤਾ ਸਾਹਿਬ ਬਹੁਤ ਸਾਰੀਆਂ ਗਿੱਲੇ ਕਰਨੀਆਂ ਸੀਗੀਆਂ ਆ ਗਈਆਂ ਬਾਹਰ ਵੀ ਤਾਂ ਖਾਣੀਆਂ ਤਾਂ ਆ ਰਹੀਆਂ ਅੱਛਾ ਖਾਓ ਅੱਛਾ ਖਾਓ ਢੰਗੋਂ ਕਰਦੀਆਂ ਅੱਛਾ ਖਾਓ ਕਹਿੰਦੇ ਕਿਸ ਅੱਛਾ ਉਸ ਖਾਓ ਇੰਨਾ ਹੈਗਾ ਲਾ ਨਹੀਂ ਜ਼ਬਰਦਸਤ ਪੰਤਰੀ ਦਾ ਜੂਸ ਦੱਸਿਆ ਪਾਲੂ ਤਾਂ ਪਾਲੂ ਕਹਿੰਦੀ ਖਾਈ ਚੀਕੂ ਨਹੀਂ ਬਈ ਬਈ ਤਾਂ ਪਾਲੂ ਦਾਲ ਹੀ ਪਈ ਵੈਦਾ ਤਾਂ ਪਾਲੂ ਵੀ ਪਸੰਦ ਨਹੀਂ ਕੁਛ ਤਾਂ ਬਈ ਬਣਾ ਚੀਕੂ ਨਹੀਂ ਬਈ ਬਣਾ ਦਾਲ ਹੀ ਨਹੀਂ ਨਾ ਪਾਲੂ ਵੀ ਜ਼ਿਆਦਾ ਪਸੰਦ ਨਹੀਂ ਅਤੇ ਇਹਦੇ ਖਾਲੀ ਗੋਸ਼ ਅਤੇ ਚੂਜ਼ਾ ਵੈਦਾ ਤਾਂ ਇਹ ਇਸ ਤਰ੍ਹਾਂ ਹੈ ਅੱਜ ਹਫ਼ਤਾ ਗਈ ਆ ਵੀਡੀਓ ਮੈਂ ਲਈ ਅੱਜ ਬਿਲਕੁਲ ਸਿੰਪਲ ਜਿਹੀ ਵੀਡੀਓ ਮੇਰੀ ਲਈ ਅਜੇ ਮੈਂ ਸਿਹਤ ਕੋਈ ਠੀਕ ਉੱਤੇ ਇਹਨੂੰ ਕਰਿਆ ਸਾਂ ਅੱਲਾ ਸੁਣਨ ਵਾਲਾ ਹੈ ਅਤੇ ਕੱਲ੍ਹ ਬਣਾਉਣੀ ਸ਼ੁਰੂ ਕੀਤੀ ਸੀ ਵੀਡੀਓ ਤਾਂ ਇਹਨੂੰ ਕਰਾਂ ਆਵਾਜ਼ ਹੈ ਕੱਲ੍ਹ ਵੀ ਨਸੋ ਨਸੀ ਸੀ ਥੋੜ੍ਹੀ ਜਿਹੀ ਆਈ ਬਣਾਈ ਨਾ ਅਤੇ ਦੋ ਕੱਲ੍ਹ ਲਈ ਉਸ ਅੱਲਾ ਸੁਣਨ ਵਾਲਾ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੀ ਸ਼ਾਇਦ ਤਾਂ ਨਾ ਚੰਗੀ ਲੱਗੀ ਦੇ ਮਨਮਰਜੀਤ ਸਿੰਘ ਆਪਣੀ ਜੇ ਜੇ ਸਪੋਰਟ ਕਰਨੇ ਹੋ ਨਾਲ ਮਾੜੀ ਜਿਹਾ ਨਾ ਉਸ ਲਾਭ ਸਹੀ ਕਰਨੇ ਹੋ ਦੱਸੋ ਕਿ ਅੱਲਾ ਤਾਲਾ ਜ਼ਿੰਦਗੀ ਦਿਆ ਤਾਂ ਅੱਲਾ ਤਾਲਾ ਸਾਰੇ ਭੈਣਾਂ ਤੋਂ ਖਿਆਲ ਰੱਖਿਆ ਅੱਲਾ ਤਾਲਾ ਸਾਰੇ ਘਰ ਕਾਪਟਨ ਦੂਰ ਕਰਦੇ ਅੱਲਾ ਸੁਣਨ ਵਾਲਾ